ਹਾਂਜੀ ਵੈਲਕਮ ਕਰਦੇ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਲੈ ਕੇ ਆਏ ਆ ਮਲਟੀਪਲ ਹੈਲਥ ਵਰਕਰ ਐਗਜ਼ਾਮ ਨਾਲ ਰਿਲੇਟਡ ਮੋਸਟ ਇੰਪੋਰਟੈਂਟ ਕੁਐਸਚਨਸ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਰਹਿਣ ਵਾਲੀ ਆ ਕਾਫੀ ਸਾਰੇ ਨਵੇਂ ਇੰਪੋਰਟੈਂਟ ਕੁਐਸਚਨ ਐਡ ਕੀਤੇ ਆ ਇਹਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਆਇਆ ਉਹ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਦਬਾ ਲਵੋ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੁੰਦਾ ਰਹੇ ਸੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਸ਼ੁਰੂ ਕਰਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਸੋ ਨੰਬਰ 1 ਤੇ ਪਹਿਲਾ ਕੁਐਸਚਨ ਹੈ ਜੀ ਕਿ ਮਨੁੱਖੀ ਸਰੀਰ ਵਿੱਚ ਗੁਰਦਿਆਂ ਦੀ ਗਿਣਤੀ ਕਿੰਨੀ ਹੁੰਦੀ ਹੈ ਸੋ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 4 ਨੰਬਰ 2 ਤੇ 2 ਨੰਬਰ 3 ਤੇ 3 ਜਾਂ ਨੰਬਰ 4 ਤੇ 1 ਸੋ ਜਿਹੜਾ ਆਪਣਾ ਸਰੀਰ ਹੁੰਦਾ ਵਾ ਇਹਦੇ ਵਿੱਚ ਗੁਰਦੇ ਆ ਜਿਹੜੇ ਉਹ 2 ਹੁੰਦੇ ਆ ਜੀ ਸੋ ਆਪਸ਼ਨ ਨੰਬਰ 2 ਇਸ ਦਾ ਹੋ ਜਾਵੇਗਾ ਰਾਈਟ ਆਨਸਰ ਠੀਕ ਹੈ ਨੈਕਸਟ ਕੁਐਸਚਨ ਵੱਲ ਵਧਦੇ ਆਪਾਂ ਹਾਂਜੀ ਕੁਐਸਚਨ ਨੰਬਰ 2 ਟੀਵੀ ਦੇ ਕੀ ਲੱਛਣ ਹੁੰਦੇ ਹਨ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਆਮ ਖੰਗ ਨੰਬਰ 2 ਬੁਖਾਰ ਨੰਬਰ 3 ਦੋ ਹਫਤੇ ਤੋਂ ਜ਼ਿਆਦਾ ਖੰਗ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜੀ ਟੀਵੀ ਆ ਇਹ ਤੁਸੀਂ ਦੇਖਿਆ ਹੀ ਹੋਊਗਾ ਕਿ ਐਡ ਵੀ ਆਉਂਦੀ ਹੁੰਦੀ ਹੈ ਕਿ ਜੇਕਰ 2 ਹਫ਼ਤਿਆਂ ਤੋਂ ਜ਼ਿਆਦਾ ਖੰਘ ਆ ਤਾਂ ਉਹਨੂੰ ਚੈੱਕ ਕਰਵਾਉਣਾ ਚਾਹੀਦਾ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 3 ਕਿ ਜਿਹੜੀ ਖੰਘ 2 ਹਫ਼ਤਿਆਂ ਤੋਂ ਜ਼ਿਆਦਾ ਲੰਬੇ ਸਮੇਂ ਲਈ ਹੁੰਦੀ ਆ ਤਾਂ ਟੀਵੀ ਦੇ ਇਹ ਲੱਛਣ ਹੋ ਸਕਦੇ ਆ ਤਾਂ ਟੀਵੀ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ অপਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਨੈਕਸਟ 3 ਨੰਬਰ ਕੁਐਸਚਨ ਹਾਂਜੀ ਬਲੱਡ ਪ੍ਰੈਸ਼ਰ ਕਿਸ ਯੂਨਿਟ ਰਾਹੀਂ ਦਰਸਾਇਆ ਜਾਂਦਾ ਹੈ ਸੋ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਮਿਲੀਮੀਟਰ ਆਫ ਮਰਕਰੀ ਨੰਬਰ 2 ਟਾਈਮ ਲਾਈਨ ਨੰਬਰ 3 ਦੋਵੇਂ ਜਾਂ ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 1 ਜਿਹੜਾ ਬਲੱਡ ਪ੍ਰੈਸ਼ਰ ਆ ਇਹ ਮਿਲੀਮੀਟਰ ਆਫ ਮਰਕਰੀ ਰਾਹੀਂ ਦਰਸਾਇਆ ਜਾਂਦਾ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਨੰਬਰ 4 ਬਲੱਡ ਪ੍ਰੈਸ਼ਰ ਕਿਸ ਅੰਤਰ ਰਾਹੀਂ ਮਾਪਿਆ ਜਾਂਦਾ ਹੈ ਜਾਂ ਨਾਪਿਆ ਜਾਂਦਾ ਹੈ ਸੋ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 ਤੇ ਥਰਮਾਮੀਟਰ ਨੰਬਰ 2 ਤੇ ਬੈਰੋਮੀਟਰ ਨੰਬਰ 3 ਤੇ ਸਪਾਈਗਨੋਮੈਨੋਮੀਟਰ ਨੰਬਰ 4 ਤੇ ਕੋਈ ਵੀ ਨਹੀਂ ਸੋ ਮੋਸਟ ਇੰਪੋਰਟੈਂਟ ਕੁਐਸਚਨ ਹੈਲਥ ਫੀਲਡ ਵਾਲੇ ਬੱਚਿਆਂ ਨੂੰ ਇਹਦਾ ਆਨਸਰ ਪਤਾ ਹੀ ਹੋਵੇਗਾ ਸੋ ਰਾਈਟ ਆਨਸਰ ਆ ਜੀ অপਸ਼ਨ ਨੰਬਰ 3 ਜਿਹੜਾ ਬਲੱਡ ਪ੍ਰੈਸ਼ਰ ਆ ਇਹ ਸਪਾਈਗਨੋਮੈਨੋਮੀਟਰ ਰਾਹੀਂ ਮਾਪਿਆ ਜਾਂਦਾ ਹੈ ਠੀਕ ਹੈ ਜੀ ਨੈਕਸਟ 5 ਨੰਬਰ ਕੁਐਸਚਨ ਹਾਂਜੀ ਹਾਈ ਬਲੱਡ ਪ੍ਰੈਸ਼ਰ ਦੇ ਲੱਛਣ ਕਿਹੜੇ ਹੁੰਦੇ ਹਨ ਜਾਂ ਕਿਹੜੇ ਹਨ ਨੰਬਰ 1 ਤੇ ਆਪਸ਼ਨ ਹੈ ਚੱਕਰ ਆਉਣੇ ਨੰਬਰ 2 ਤੇ ਚਿਹਰੇ ਦਾ ਲਾਲ ਹੋਣਾ ਨੰਬਰ 3 ਤੇ ਦੋਵੇਂ ਜਾਂ ਨੰਬਰ 4 ਇਹਨਾਂ ਵਿੱਚੋਂ ਕੋਈ ਨਹੀਂ ਸੋ ਜਦੋਂ ਹਾਈ ਬਲੱਡ ਪ੍ਰੈਸ਼ਰ ਹੁੰਦਾ ਤਾਂ ਨਾਰਮਲੀ ਗੱਲ ਆ ਕਿ ਚੱਕਰ ਆਉਂਦੇ ਹੁੰਦੇ ਆ ਤੇ ਜਿਹੜਾ ਆਪਣਾ ਫੇਸ ਆ ਉਹ ਥੋੜਾ ਰੈੱਡ ਹੋ ਜਾਂਦਾ ਸੋ ਆਪਸ਼ਨ ਨੰਬਰ 3 ਇਸ ਦਾ ਰਾਈਟ ਆਨਸਰ ਇਹ ਦੋਵੇਂ ਹੀ ਰਾਈਟ ਨੇ ਚੱਕਰ ਵੀ ਆਉਣ ਲੱਗ ਜਾਂਦੇ ਆ ਤੇ ਕਈ ਵਾਰ ਚਿਹਰਾ ਵੀ ਆਪਣਾ ਲਾਲ ਹੋ ਜਾਂਦਾ ਠੀਕ ਹੈ ਜੀ ਸੋ ਬਾਤਿਆਂ ਨੈਕਸਟ 6 ਨੰਬਰ ਕੁਐਸਚਨ ਵੱਲ ਹਾਂਜੀ ਹਾਈ ਬਲੱਡ ਪ੍ਰੈਸ਼ਰ ਦੇ ਕੀ ਕਾਰਨ ਹੁੰਦੇ ਆ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 ਤੇ ਤਣਾਅ ਇਸ ਦਾ ਕਾਰਨ ਹੋ ਸਕਦਾ ਨੰਬਰ 2 ਮੋਟਾਪਾ ਨੰਬਰ 3 ਨਸ਼ੇ ਦੀ ਜ਼ਿਆਦਾ ਵਰਤੋਂ ਜਾਂ ਨੰਬਰ 4 ਉਪਰੋਕਤ ਸਾਰੇ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 4 ਇਹ ਜਿਹੜੇ ਤਿੰਨੋਂ ਕਾਰਨ ਇਹ ਹਾਈ ਬਲੱਡ ਪ੍ਰੈਸ਼ਰ ਦੇ ਹੋ ਸਕਦੇ ਆ ਤਣਾਅ ਵੀ ਮੋਟਾਪਾ ਵੀ ਜਾਂ ਨਸ਼ੇ ਦੀ ਜ਼ਿਆਦਾ ਵਰਤੋਂ ਵੀ ਸੋ অপਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹਾਂਜੀ ਕੁਐਸਚਨ ਨੰਬਰ 7 ਬੁਖਾਰ ਦੀ ਸਥਿਤੀ ਕਦੋਂ ਬਣਦੀ ਹੈ ਆਪਸ਼ਨ ਨੇ ਨੰਬਰ 1 100 ਡਿਗਰੀ ਫਾਰਨਹੀਟ ਨੰਬਰ 2 38 ਡਿਗਰੀ ਸੈਲਸੀਅਸ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਬਹੁਤ ਹੀ ਈਜ਼ੀ ਕੁਐਸਚਨ ਜਿੱਦਾਂ 98.4 ਜਿਹੜਾ ਫਾਰਨਹੀਟ ਟੈਂਪਰੇਚਰ ਉਹ ਆਪਣਾ ਨਾਰਮਲ ਹੁੰਦਾ ਤੇ 100 ਹੋਏ ਤੋਂ ਬੁਖਾਰ ਦੀ ਸਥਿਤੀ ਆਪਾਂ ਕਹਿ ਸਕਦੇ ਆ ਇਸੇ ਤਰ੍ਹਾਂ ਜਿਹੜਾ 37 ਡਿਗਰੀ ਸੈਲਸੀਅਸ ਹੁੰਦਾ ਉਹ ਨਾਰਮਲ ਹੁੰਦਾ ਵਾ ਹਨਾ ਤੇ 38 ਆਪਾਂ ਬੁਖਾਰ ਚ ਗਿਣਿਆ ਜਾਂਦਾ ਵਾ ਸੋ অপਸ਼ਨ ਨੰਬਰ 3 ਆ ਜਿਹੜਾ ਇਹ ਰਾਈਟ ਆਨਸਰ ਹੋ ਜੂਗਾ ਠੀਕ ਆ ਜੀ ਇਹ ਦੋਵੇਂ ਹੀ ਬੁਖਾਰ ਦੀਆਂ ਸਥਿਤੀਆਂ ਨੇ ਠੀਕ ਆ ਬੁਖਾਰ ਨੂੰ ਆਪਾਂ ਦੋ ਤਰੀਕਿਆਂ ਨਾਲ ਮਾਪਦੇ ਆ ਜਿੱਦਾਂ ਫਾਰਨਹੀਟ ਤੇ ਸੈਲਸੀਅਸ ਠੀਕ ਹੈ ਜੀ ਸੋ ਕੁਐਸਚਨ ਨੰਬਰ 8 ਲਹੂ ਦੇ ਗੇੜ ਦਾ ਮੁੱਖ ਅੰਗ ਕਿਹੜਾ ਹੈ অপਸ਼ਨ ਨੇ ਤੁਹਾਡੇ ਕੋਲੇ ਨੰਬਰ 1 ਗੁਰਦੇ ਨੰਬਰ 2 ਦਿਲ ਨੰਬਰ 3 ਦਿਮਾਗ ਜਾਂ ਨੰਬਰ 4 ਸਾਰੇ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 2 ਜਿਹੜਾ ਦਿਲ ਹੁੰਦਾ ਵਾ ਇਹ ਲਹੂ ਦੇ ਗੇੜ ਦਾ ਮੁੱਖ ਕੰਮ ਕਰਦਾ ਬਲੱਡ ਸਰਕੂਲੇਟ ਕਰਨ ਦੇ ਵਿੱਚ ਦਿਲ ਦਾ ਅਹਿਮ ਰੋਲ ਹੁੰਦਾ ਵਾ ਪੰਪ ਕਰਦਾ ਠੀਕ ਆ ਜੀ ਇਹ ਸੋ ਨੈਕਸਟ ਕੁਐਸਚਨ ਹਾਂਜੀ ਮੋਸਟ ਇੰਪੋਰਟੈਂਟ ਕੁਐਸਚਨ ਆ ਜੀ ਬਾਇਓ ਮੈਡੀਕਲ ਵੇਸਟ ਕੀ ਹੁੰਦਾ ਹੈ ਨੰਬਰ 1 ਆ ਜੀ ਸਧਾਰਨ ਕਚਰਾ ਨੰਬਰ 2 ਹਸਪਤਾਲ ਦਾ ਕਚਰਾ ਨੰਬਰ 3 ਦੋਵੇਂ ਜਾਂ ਨੰਬਰ 4 ਕੋਈ ਨਹੀਂ ਸੋ ਜਿਹੜਾ ਬਾਇਓਮੈਡੀਕਲੀ ਵੇਸਟ ਹੁੰਦਾ ਵਾ ਇਹ ਜਿਹੜਾ ਆਪਾਂ ਹਸਪਤਾਲ ਦੇ ਵਿੱਚ ਕਚਰਾ ਹੁੰਦਾ ਵਾ ਉਹਨੂੰ ਕਹਿ ਦਿੰਦੇ ਆ ਬਾਇਓਮੈਡੀਕਲੀ ਬੇਸਡ ਸੋ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਹਾਂਜੀ ਕੁਐਸਚਨ ਨੰਬਰ 10 ਹਾਂਜੀ ਇੱਕ ਮੈਂ ਗੱਲ ਦੱਸਣੀ ਚਾਹੁੰਨਾ ਵਾ ਵੀ ਜਿਹੜੇ ਆਪਣੇ ਡਸਟਬਿਨਾਂ ਨਾਲ ਰਿਲੇਟਡ ਕੁਐਸਚਨ ਨੇ ਇਹਦੇ ਵਿੱਚੋਂ ਇੱਕ ਅੱਧਾ ਕੁਐਸਚਨ ਆਉਣ ਦੇ ਪੂਰੇ ਚਾਂਸ ਹੁੰਦੇ ਆ ਪੇਪਰ ਦੇ ਵਿੱਚ ਸੋ ਆਪਾਂ ਜਿਹੜੇ ਡਸਟਬੀਨ ਪੰਜ ਤਰ੍ਹਾਂ ਦੇ ਹੁੰਦੇ ਆ ਮੈਂ ਪਹਿਲਾਂ ਵੀ ਕੁਐਸਚਨ ਕਰਾਇਆ ਸੀ ਸੋ ਇਹਨਾਂ ਦੀ ਇਨ ਵਾਰ ਤੋਂ ਕਿੱਥੇ ਕਿੱਥੇ ਹੁੰਦੀ ਹੈ ਉਹ ਡਿਟੇਲ ਦੇ ਵਿੱਚ ਦੇਖਾਂਗੇ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਧਿਆਨ ਨਾਲ ਦੇਖਿਓ ਵੀਡੀਓ ਅੱਜ ਕਿ ਪ੍ਰਸ਼ਨ ਨੰਬਰ 10 ਆ ਆਪਣਾ ਕਿ ਜਿਹੜਾ ਪੀਲੇ ਰੰਗ ਦੇ ਡਸਟਬੀਨ ਵਿੱਚ ਕਿਹੜਾ ਕਚਰਾ ਪਾਇਆ ਜਾਂਦਾ ਹੈ ਸੋ ਕੀ ਕੀ ਪਾਇਆ ਜਾਂਦਾ ਪੀਲੇ ਰੰਗ ਦੇ ਵਿੱਚ ਮੈਂ ਸਾਰੇ ਹੀ ਆਪਸ਼ਨ ਐਡ ਕਰਤੇ ਨੰਬਰ 1 ਤੇ ਸਰਜਰੀ ਤੋਂ ਬਾਅਦ ਜਿਹੜੇ ਕੱਟੇ ਹੋਏ ਅੰਗ ਹੁੰਦੇ ਆ ਉਹ ਪੀਲੇ ਰੰਗ ਦੇ ਡਸਟਬਿਨ ਚ ਪਾਏ ਜਾਂਦੇ ਆ ਉਸ ਤੋਂ ਬਾਅਦ ਲੈਬ ਦੇ ਸੈਂਪਲ ਬਲੱਡ ਵਾਲੀਆਂ ਪੱਟੀਆਂ ਪਲਾਸਟਰ ਰੂਹ ਤੇ ਪੁਰਾਣੀਆਂ ਦਵਾਈਆਂ ਠੀਕ ਹੈ ਜੀ ਸੱਤ ਨੰਬਰ ਆ ਜੀ ਉਪਰੋਕਤ ਸਾਰੇ ਸੋ ਇਹ ਰਾਈਟ ਆਨਸਰ ਉਪਰੋਕਤ ਸਾਰੇ ਇਹ ਆਪਸ਼ਨ ਮੈਂ ਤਾ ਕਰਕੇ ਵਾਧਾ ਐਡ ਕਰ ਦਿੱਤੇ ਤਾਂ ਕਿ ਤੁਹਾਨੂੰ ਕਲੀਅਰ ਹੋ ਜਵੇ ਵੀ ਪੀਲੇ ਰੰਗ ਦੇ ਡਸਟਬਿਨ ਵਿੱਚ ਕਿਹੜਾ ਕਿਹੜਾ ਕਚਰਾ ਪਾਇਆ ਜਾਂਦਾ ਠੀਕ ਆ ਇਹ ਤੁਸੀਂ ਨੋਟ ਕਰ ਲੈਣਾ ਹੋਵੇਗਾ ਤੇ ਯਾਦ ਕਰ ਲੈਣਾ ਹੋਵੇਗਾ ਠੀਕ ਹੈ ਜੀ ਮੋਸਟ ਇੰਪੋਰਟੈਂਟ ਕੁਐਸਚਨ ਇਹ ਸਾਰੇ ਜਿੱਦਾਂ 11 ਨੰਬਰ ਕੁਐਸਚਨ ਕਿ ਲਾਲ ਰੰਗ ਦੇ ਡਸਟਬਿਨ ਵਿੱਚ ਕੀ ਪਾਇਆ ਜਾਂਦਾ ਹੈ ਸੋ ਇਹਦੇ ਵਿੱਚ ਪਲਾਸਟਿਕ ਦੀਆਂ ਚੀਜ਼ਾਂ ਪਾਈਆਂ ਜਾਂਦੀਆਂ ਜਿੱਦਾਂ ਪਲਾਸਟਿਕ ਦੀਆਂ ਸਾਰੀਆਂ ਵਸਤੂਆਂ ਪਲਾਸਟਿਕ ਦੇ ਦਸਤਾਨੇ, ਪਲਾਸਟਿਕ ਦੀਆਂ ਬੋਤਲਾਂ, ਪਲਾਸਟਿਕ ਦੀਆਂ ਥੈਲੀਆਂ ਜਿੱਦਾਂ ਯੂਰਨ ਥੈਲੀ ਹੁੰਦੀ ਹੈ ਜਿਹੜੀ ਸਾਰੀਆਂ ਜਿਵੇਂ ਸਰਿੰਜਾਂ ਪਾਈਆਂ ਜਾਂਦੀਆਂ ਨੇ ਸੂਈ ਤੋਂ ਬਿਨਾ ਸੂਈ ਨਹੀਂ ਪਾਈ ਜਾਂਦੀ ਲਾਲ ਰੰਗ ਦੇ ਡਸਟਬਿਨ ਚ ਕੱਲੀਆਂ ਸਰਿੰਜਾਂ ਠੀਕ ਹੈ ਜੀ ਤੇ ਇਹਦਾ ਰਾਈਟ ਆਨਸਰ ਤਾਂ ਉਪਰੋਕਤ ਸਾਰੇ ਹੀ ਹੋਵੇਗਾ ਸੋ ਨੈਕਸਟ ਕੁਐਸਚਨ ਇਹ ਤੁਸੀਂ ਨੋਟ ਕਰ ਲਿਓ ਵੀ ਪੀਲੇ ਰੰਗ ਦੇ ਡਸਟਬਿਨ ਚ ਕੀ ਪਾਇਆ ਜਾਂਦਾ ਲਾਲ ਚ ਕੀ ਪਾਇਆ ਜਾਂਦਾ ਹਰੇ ਚ ਕੀ ਠੀਕ ਆ ਤੇ ਇਸ ਤੋਂ ਬਾਅਦ ਆ ਜਾਂਦਾ ਚਿੱਟੇ ਰੰਗ ਦੇ ਡਸਟਬਿਨ ਵਿੱਚ ਕਿਹੜਾ ਕਚਰਾ ਪਾਇਆ ਜਾਂਦਾ ਸੋ ਇਹਦੇ ਵਿੱਚ ਨੁਕੀਲੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਵੇਂ ਸੂਈਆਂ ਹੋਗੀਆਂ ਬਲੇਡ ਹੋਗੇ ਸੋ ਇਸ ਕਰਕੇ ਉਪਰੋਕਤ ਸਾਰੇ ਹੋ ਜੂਗਾ ਇਹਦਾ ਰਾਈਟ ਆਨਸਰ ਨੈਕਸਟ ਆਪਾਂ ਚੱਲਦੇ ਹਾਂ ਜੀ ਨੀਲੇ ਰੰਗ ਦੇ ਡਸਟਬਿਨ ਵਿੱਚ ਕਿਹੜਾ ਕਚਰਾ ਪਾਇਆ ਜਾਂਦਾ ਠੀਕ ਹੈ ਜੀ ਸੋ ਜਿਵੇਂ ਇਹਦੇ ਵਿੱਚ ਕੱਚ ਨਾਲ ਰਿਲੇਟਡ ਜਿੱਦਾਂ ਕੱਚ ਦੇ ਟੁਕੜੇ ਕੱਚ ਦੀਆਂ ਬੋਤਲਾਂ ਸ਼ੀਸ਼ਾ ਸੋ ਉਪਰੋਕਤ ਸਾਰੇ ਇਹਦਾ ਰਾਈਟ ਆਨਸਰ ਹੋ ਜਾਊਗਾ ਇਹ ਆਪਸ਼ਨ ਸਾਰੇ ਸਾਰੇ ਮੈਂ ਤਾਂ ਕਰਕੇ ਐਡ ਕਰਿਆ ਤਾਂ ਕਿ ਤੁਸੀਂ ਕਲੀਅਰ ਹੋ ਜਮੋ ਵੀ ਕਿਹੜੇ ਕਿਹੜੇ ਡਸਟਬਿਨ ਵਿੱਚ ਕਿਹੜਾ ਕਿਹੜਾ ਕਚਰਾ ਪਾਇਆ ਜਾਂਦਾ ਸੋ ਹਰੇ ਰੰਗ ਦੇ ਡਸਟਬਿਨ ਵਿੱਚ ਕੀ ਪਾਇਆ ਜਾਂਦਾ ਇਹ ਨਾਰਮਲੀ ਸਾਰਿਆਂ ਨੂੰ ਪਤਾ ਹੀ ਹੋਊਗਾ ਜਿਹੜਾ ਸਧਾਰਨ ਕਚਰਾ ਹੁੰਦਾ ਹਸਪੀਟਲ ਦੇ ਵਿੱਚ ਜਿੱਦਾ ਫਲਾਂ ਦੀ ਵੇਸਟੇਜ ਹੋਗੀ ਕਾਗਜ਼ ਹੋਗੇ ਖਾਣ ਪੀਣ ਵਾਲੀਆਂ ਵਸਤੂਆਂ ਦੀ ਵੇਸਟੇਜ ਹੋਗੀ ਹਨ ਸੋ ਉਪਰੋਕਤ ਸਾਰੇ ਇਹਦਾ ਰਾਈਟ ਆਨਸਰ ਹੋ ਜਾਵੇਗਾ ਏ ਮਤਲਬ ਹਰੇ ਦੇ ਵਿੱਚ ਤਾਂ ਨਾਰਮਲ ਹੀ ਕਚਰਾ ਹੁੰਦਾ ਵਾ ਸੋ ਇਸ ਦੇ ਨਾਲ ਹੀ ਆਪਾਂ ਵਧਦੇ ਹਾਂ ਨੈਕਸਟ 15 ਨੰਬਰ ਕੁਐਸਚਨ ਵੱਲ ਹਾਂਜੀ ਮਰੀਜ਼ਾਂ ਦੀਆਂ ਪੱਟੀਆਂ ਬਦਲਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਿਹੜੇ ਡਸਟਬੀਨ ਵਿੱਚ ਸੁੱਟੋਗੇ ਸੋ ਹੁਣੇ-ਹੁਣੇ ਆਪਾਂ ਇਹਦੀ ਤਿਆਰੀ ਕਰੀ ਆ ਇਸ ਨੂੰ ਤੁਸੀਂ ਇੱਕ ਵਾਰੀ ਰਿਵਾਈਜ਼ ਕਰ ਲਿਓ ਇਹ ਜਿਹੜੇ ਡਸਟਬਿਨ ਨਾਲ ਸੰਬੰਧਿਤ ਕੁਐਸਚਨ ਹਨ ਇਹਨਾਂ ਚੋਂ ਇੱਕ ਦੋ ਕੁਐਸਚਨ ਬਣ ਸਕਦੇ ਹੁੰਦੇ ਆ ਸੋ ਇਹਦੇ ਆਪਸ਼ਨ ਨੇ ਜੀ ਨੰਬਰ 1 ਤੇ ਲਾਲ ਵਿੱਚ ਨੰਬਰ 2 ਤੇ ਨੀਲੇ ਵਿੱਚ ਨੰਬਰ 3 ਤੇ ਚਿੱਟੇ ਵਿੱਚ ਜਾਂ ਨੰਬਰ 4 ਤੇ ਪੀਲੇ ਵਿੱਚ ਸੋ ਜਦੋਂ ਆਪਾਂ ਮਰੀਜ਼ ਦੀਆਂ ਪੱਟੀਆਂ ਬਦਲਣ ਤੋਂ ਬਾਅਦ ਬਲੱਡ ਵਾਲੀਆਂ ਪੱਟੀਆਂ ਤਾਂ ਉਹ ਸਿੱਟਾਂਗੇ ਆਪਾਂ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਪੀਲੇ ਰੰਗ ਦੇ ਡਸਟਬਿਨ ਵਿੱਚ ਠੀਕ ਹੈ ਜੀ ਹਾਂਜੀ ਕੁਐਸਚਨ ਨੰਬਰ 16 ਮਰੀਜ਼ ਦੇ ਪੱਟੀ ਕਰਨ ਤੋਂ ਪਹਿਲਾਂ ਜ਼ਖਮ ਨੂੰ ਕਿਸ ਨਾਲ ਸਾਫ਼ ਕਰੋਗੇ ਸੋ ਇਹ ਵੀ ਇੰਪੋਰਟੈਂਟ ਕੁਐਸਚਨ ਆ ਨੰਬਰ 1 ਸੈਨੀਟਾਈਜ਼ਰ ਨੰਬਰ 2 ਤੇ ਹਲਦੀ ਨੰਬਰ 3 ਤੇ ਸਾਫ ਪਾਣੀ ਨਾਲ ਜਾਂ ਨੰਬਰ 4 ਤੇ ਹਾਈਡਰੋਜਨ ਪਰਆਕਸਾਈਡ ਸੋ ਪਤਾ ਹੀ ਹੋਵੇਗਾ ਸਾਰੇ ਜਿਹੜੇ ਬੱਚਿਆਂ ਨੇ ਮਾੜਾ ਮੋਟਾ ਹਸਪੀਟਲ ਚ ਕੰਮ ਕੀਤਾ ਤਾਂ ਇਸ ਦਾ ਆਪਸ਼ਨ ਆ ਜੀ ਆਪਸ਼ਨ ਨੰਬਰ 4 ਹਾਈਡਰੋਜਨ ਪਰਆਕਸਾਈਡ ਸੋ ਨੈਕਸਟ 17 ਨੰਬਰ ਕੁਐਸਚਨ ਹਾਂਜੀ ਜੇਕਰ ਇੱਕ ਮਾਨਸਿਕ ਰੋਗੀ ਤੁਹਾਡੇ ਨਾਲ ਬੁਰਾ ਵਿਵਹਾਰ ਕਰਦਾ ਹੈ ਤਾਂ ਤੁਸੀਂ ਕੀ ਕਰੋਗੇ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਆਪਣੀ ਡਿਊਟੀ ਬਦਲ ਲਵੋਗੇ ਨੰਬਰ 2 ਡਾਕਟਰ ਕੋਲ ਜਾਵੋਗੇ ਨੰਬਰ 3 ਉਸ ਨੂੰ ਆਪਣੀ ਹਾਲਤ ਵਿੱਚ ਛੱਡ ਦਵੋਗੇ ਜਾਂ ਨੰਬਰ 4 ਪਿਆਰ ਵਾਲਾ ਬਤੀਰਾ ਅਪਣਾ ਕੇ ਉਸ ਨੂੰ ਸ਼ਾਂਤ ਕਰੋਗੇ ਸੋ ਜੇ ਕੋਈ ਸਾਈਕਾਇਟ੍ਰਿਕ ਦਾ ਪੇਸ਼ੀਐਂਟ ਆ ਤੇ ਤੁਹਾਡੇ ਨਾਲ ਬੁਰਾ ਵਿਫਾਰ ਕਰਦਾ ਤਾਂ ਤੁਸੀਂ ਉਸ ਨਾਲ ਪਿਆਰ ਵਾਲਾ ਬਤੀਰਾ ਅਪਣਾ ਕੇ ਉਸ ਨੂੰ ਸ਼ਾਂਤ ਕਰੋਗੇ ਠੀਕ ਹੈ ਜੀ ਆਪਸ਼ਨ ਨੰਬਰ 4 ਇਸ ਦਾ ਰਾਈਟ ਆਨਸਰ ਹੋ ਜਾਵੇਗਾ ਨੈਕਸਟ 17 18 ਨੰਬਰ ਕੁਐਸਚਨ ਹਾਂਜੀ ਜਿਹੜੀ ਏਡਜ਼ ਬਿਮਾਰੀ ਆ ਨਹੀਂ ਫੈਲਦੀ ਹੈ ਏਡਜ਼ ਬਿਮਾਰੀ ਨਹੀਂ ਫੈਲਦੀ ਹੈ ਇਹਨਾਂ ਵਿੱਚੋਂ ਕੀ ਕਾਰਨ ਨਾਲ ਏਡਜ਼ ਬਿਮਾਰੀ ਨਹੀਂ ਫੈਲਦੀ ਨੰਬਰ 1 ਹੱਥ ਮਿਲਾਉਣ ਨਾਲ ਨੰਬਰ 2 ਗਲੇ ਮਿਲਣ ਨਾਲ ਨੰਬਰ 3 ਇਕੱਠੇ ਖਾਣਾ ਖਾਣ ਨਾਲ ਠੀਕ ਹੈ ਜੀ ਤੇ ਉਪਰ ਨੰਬਰ 4 ਉਪਰੋਕਤ ਸਾਰੇ ਸੋ ਹੱਥ ਮਿਲਾਉਣਾ ਗਲੇ ਮਿਲਣਾ ਇਕੱਠੇ ਖਾਣਾ ਖਾਣਾ ਈਡਜ਼ ਦੀ ਜਿਹੜੀ ਬਿਮਾਰੀ ਆ ਇਹ ਨਹੀਂ ਫੈਲਦੀ ਸੋ ਇਸ ਕਰਕੇ ਆਪਸ਼ਨ ਨੰਬਰ 4 ਹੋ ਜੂਗਾ ਰਾਈਟ ਆਨਸਰ ਤੇ ਇਹ ਫੈਲਦੀ ਕਿਵੇਂ ਆ ਇਹ ਫੈਲਦੀ ਆ ਜਿੱਦਾਂ ਆਪਾਂ ਸੂਈਆਂ ਚੇਂਜ ਕਰਕੇ ਲੈਨੇ ਇੱਕ ਸੂਈ ਨੂੰ ਵੱਧ ਥਾਂ ਤੇ ਬਲਦੇ ਆ ਜਾਂ ਬਲੱਡ ਚੜ ਜਾਂਦਾ ਜਾਂ ਜਿਵੇਂ ਸਰੀਰਕ ਜਸਮਾਨੀ ਸਬੰਧਾਂ ਨਾਲ ਠੀਕ ਹੈ ਜੀ ਸੋ ਇਹ ਵੀ ਇੰਪੋਰਟੈਂਟ ਕੁਐਸਚਨ ਆ ਨੈਕਸਟ ਆਪਾਂ ਵਧਦੇ ਆ 19 ਨੰਬਰ ਕੁਐਸਚਨ ਵੱਲ ਤੇ ਐਡਜ਼ ਜਿਹੜੀ ਬਿਮਾਰੀ ਹੈ ਇਹ ਐਚ ਆਈ ਵੀ ਵਾਇਰਸ ਨਾਲ ਫੈਲਦੀ ਹੈ ਠੀਕ ਹੈ ਜੀ ਹਿਊਮਨ ਇਮਿਨਿਓਡਿਫੀਸ਼ੀਐਂਸੀ ਤੇ ਵਾਦਦੇ ਆਪਾਂ ਨੈਕਸਟ 19 ਨੰਬਰ ਕੁਐਸਚਨ ਵੱਲ ਹਾਂਜੀ 19 ਨੰਬਰ ਕੁਐਸਚਨ ਆ ਜੀ ਆਰਟੀਫੀਸ਼ੀਅਲ ਫੀਡਿੰਗ ਕੀ ਹੁੰਦੀ ਹੈ ਸੋ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਨਾਲ ਹੀ ਰਾਹੀਂ ਦਿੱਤਾ ਜਾਣ ਵਾਲਾ ਖਾਣਾ ਨੰਬਰ 2 ਡਾਈਟ ਚਾਰਟ ਮੁਤਾਬਕ ਦਿੱਤਾ ਜਾਣ ਵਾਲਾ ਖਾਣਾ ਜਾਂ ਨੰਬਰ 3 ਦੋਵੇਂ ਜਾਂ ਨੰਬਰ 4 ਇਹਨਾਂ ਚੋਂ ਕੋਈ ਨਹੀਂ ਸੋ ਜਿਹੜੀ ਆਰਟੀਫੀਸ਼ੀਅਲ ਫੀਡਿੰਗ ਹੁੰਦੀ ਹੈ ਉਹ ਹੁੰਦੀ ਹੈ ਜੀ অপਸ਼ਨ ਨੰਬਰ 1 ਨਾਲ ਹੀ ਰਾਹੀਂ ਦਿੱਤਾ ਜਾਣ ਵਾਲਾ ਖਾਣਾ ਜਦੋਂ ਦਿੱਤਾ ਜਾਂਦਾ ਤਾਂ ਉਸ ਨੂੰ ਆਰਟੀਫੀਸ਼ੀਅਲ ਫੀਡਿੰਗ ਦਾ ਨਾਮ ਦਿੱਤਾ ਜਾਂਦਾ ਹੈ ਨੈਕਸਟ 20 ਨੰਬਰ ਕੁਐਸਚਨ ਹਾਂਜੀ ਜੇਕਰ ਕਿਸੇ ਮਰੀਜ਼ ਨੂੰ ਅਚਾਨਕ ਤੇਜ਼ ਬੁਖਾਰ ਹੋ ਜਾਂਦਾ ਹੈ ਤਾਂ ਕੀ ਕਰਨਾ ਚਾਹੀਦਾ ਹੈ ਨੰਬਰ 1 ਇੰਜੈਕਸ਼ਨ ਲਾਉਂਗੇ ਨੰਬਰ 2 ਬੁਖਾਰ ਦੀ ਦਵਾਈ ਦੇਵੋਗੇ ਨੰਬਰ 3 ਡਾਕਟਰ ਦੀ ਸਲਾਹ ਲਵੋਗੇ ਜਾਂ ਨੰਬਰ 4 ਉਪਰੋਕਤ ਸਾਰੇ ਸੋ ਜੇਕਰ ਕਿਸੇ ਮਰੀਜ਼ ਨੂੰ ਤੇਜ਼ ਬੁਖਾਰ ਹੁੰਦਾ ਵਾ ਤਾਂ ਆਪਾਂ ਆਪਸ਼ਨ ਨੰਬਰ 3 ਹੋਊਗਾ ਕਿ ਡਾਕਟਰ ਦੀ ਸਲਾਹ ਲਵਾਂਗੇ ਠੀਕ ਹੈ ਜੀ ਸੋ ਵਾਧਿਆ ਨੈਕਸਟ ਕੁਐਸਚਨ ਕੁਐਸਚਨ ਨੰਬਰ 21 ਹਾਂਜੀ ਮਨੁੱਖੀ ਕੰਨ ਅੰਦਰ ਕਿੰਨੀਆਂ ਹੱਡੀਆਂ ਹੁੰਦੀਆਂ ਹਨ ਸੋ ਜਿਹੜੇ ਮਨੁੱਖ ਦੇ ਕੰਨ ਹੁੰਦੇ ਆ ਇਹਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਜੀ ਆਪਸ਼ਨ ਆ ਗਿਆ ਆ 3 ਨੰਬਰ ਆਪਸ਼ਨ ਆ ਕਿ ਮਨੁੱਖੀ ਸਹੀ ਆ 6 ਹੱਡੀਆਂ ਹੁੰਦੀਆਂ ਨੇ ਮਨੁੱਖੀ ਕੰਨ ਦੇ ਵਿੱਚ ਠੀਕ ਹੈ ਜੀ 3 3 ਕਿਉਂਕਿ ਇੱਕ ਕੰਨ ਦੇ ਵਿੱਚ 3 ਹੱਡੀਆਂ ਹੁੰਦੀਆਂ ਤੇ 3 ਦੂਸਰੇ ਵਿੱਚ ਹੁੰਦੀਆਂ ਟੋਟਲ 6 ਹੱਡੀਆਂ ਹੁੰਦੀਆਂ ਨੇ ਠੀਕ ਹੈ ਜੀ ਸੋ ਇਸ ਨੂੰ ਵੀ ਤੁਸੀਂ ਯਾਦ ਰੱਖਣਾ ਹੋਵੇਗਾ ਨੈਕਸਟ ਕੁਐਸਚਨ ਨਵੇਂ ਜੰਮੇ ਬੱਚੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ ਨੇ ਤੁਹਾਡੇ ਕੋਲ ਆਪਸ਼ਨ ਨੇ 206 ਆਪਸ਼ਨ ਨੰਬਰ 2 209 ਆਪਸ਼ਨ ਨੰਬਰ 3 306 ਜਾਂ ਆਪਸ਼ਨ ਨੰਬਰ 4 300 ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 4 ਜਿਹੜਾ ਨਵੇਂ ਨਵਾਂ ਜੰਮਿਆ ਬੱਚਾ ਹੁੰਦਾ ਉਹਦੇ ਵਿੱਚ 300 ਹੱਡੀਆਂ ਹੁੰਦੀ ਆ ਜਦੋਂ ਕਿ ਜਿਹੜਾ ਮਨੁੱਖ ਨਾਰਮਲ ਆਮ ਇਨਸਾਨ ਜਦੋਂ ਵੱਡਾ ਹੋ ਜਾਂਦਾ ਤਾਂ ਉਹਦੇ ਵਿੱਚ 206 ਹੱਡੀਆਂ ਹੁੰਦੀਆਂ ਨੇ ਇਹ ਤੁਸੀਂ ਜ਼ਰੂਰ ਯਾਦ ਰੱਖਣਾ ਹੋਵੇਗਾ ਹਾਂਜੀ ਨੈਕਸਟ ਕੁਐਸਚਨ ਯੂਰੇਨ ਦਾ ਪੀ ਐਚ ਮਾਨ ਕਿੰਨਾ ਹੁੰਦਾ ਹੈ ਆ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 7 ਨੰਬਰ 2 8 ਨੰਬਰ 3 6 ਜਾਂ ਨੰਬਰ 4 5 ਠੀਕ ਹੈ ਜੀ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ ਆਪਸ਼ਨ ਨੰਬਰ 3 ਜਿਹੜਾ ਯੂਰਿਨ ਹੁੰਦਾ ਆਪਣਾ ਉਹਦਾ ਪੀ ਐਚ ਮਾਨ 6 ਹੁੰਦਾ ਹੈ ਤੇ ਨੈਕਸਟ ਕੁਐਸਚਨ 24 ਹਾਂਜੀ ਗਰਭ ਅਵਸਥਾ ਦੇ ਕਿੰਨੇ ਦਿਨ ਹੁੰਦੇ ਹਨ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 270 ਦਿਨ ਨੰਬਰ 2 280 ਦਿਨ ਨੰਬਰ 3 290 ਦਿਨ ਜਾਂ ਨੰਬਰ 4 300 ਦਿਨ ਸੋ ਜਿਹੜੇ ਪ੍ਰੈਗਨੈਂਸੀ ਪੀਰੀਅਡ ਹੁੰਦਾ ਇਹ 280 ਦਿਨਾਂ ਦਾ ਹੁੰਦਾ ਵਾ ਸੋ ਆਪਸ਼ਨ ਨੰਬਰ ਸੈਕੰਡ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਨੰਬਰ 25 ਹਾਂਜੀ ਮਨੁੱਖ ਦੇ ਲਹੂ ਵਿੱਚ ਕਿਹੜੀ ਧਾਤ ਪਾਈ ਜਾਂਦੀ ਹੈ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਨੰਬਰ 1 ਮੈਗਨੀਸ਼ੀਅਮ ਨੰਬਰ 2 ਹਾਈਡਰੋਕਾਰਬਨ ਨੰਬਰ 3 ਖਾਣਿਜ ਲੋਣ ਜਾਂ ਨੰਬਰ 4 ਲੋਹਾ ਸੋ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਜੀ অপਸ਼ਨ ਨੰਬਰ 4 ਜਿਹੜਾ ਮਨੁੱਖ ਦਾ ਲਹੂ ਆ ਉਹਦੇ ਵਿੱਚ ਲੋਹਾ ਯਾਨੀ ਕਿ ਆਇਰਨ ਪਾਇਆ ਜਾਂਦਾ ਹੈ ਨੈਕਸਟ ਹਾਂਜੀ ਜਿਹੜਾ 26 ਨੰਬਰ ਕੁਐਸਚਨ ਆ ਇਹ ਮੈਂ ਪਹਿਲਾਂ ਵੀ ਆਲਰੇਡੀ ਕਰਵਾਇਆ ਹੋਇਆ ਵਾ ਇਹਦਾ ਆਨਸਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਦੱਸਿਓ ਦੇਖਦੇ ਹਾਂ ਕਿੰਨੇ ਬੱਚਿਆਂ ਦਾ ਸਹੀ ਹੁੰਦਾ ਵਾ ਕਿ ਜਿਹੜਾ ਲੋਹਾ ਆਇਰਨ ਕਿਸ ਜਿਹੜਾ ਲੋਹਾ ਹੁੰਦਾ ਇੱਕ ਕਿਸ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਹਨਾਂ ਵਿੱਚੋਂ ਕਿਹੜੀ ਚੀਜ਼ ਦੇ ਵਿੱਚ ਇਹ ਬਹੁਤ ਜ਼ਿਆਦਾ ਮਾਤਰਾ ਚ ਪਾਇਆ ਜਾਂਦਾ ਆਪਸ਼ਨ ਨੇ ਤੁਹਾਡੇ ਕੋਲੇ ਨੰਬਰ 1 ਸੇਵ ਨੰਬਰ 2 ਪਾਲਕ ਨੰਬਰ 3 ਅਨਾਰ ਜਾਂ ਨੰਬਰ 4 ਲੀਚੀ ਸੋ ਇਸ ਦਾ ਆਨਸਰ ਤੁਸੀਂ ਕਮੈਂਟ ਸੈਕਸ਼ਨ ਚ ਦੇਣਾ ਹੋਵੇਗਾ ਇਸ ਦੇ ਨਾਲ ਹੀ ਆਪਣੀ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਸਮਾਪਤ ਹੁੰਦੀ ਆ ਸੋ ਮਿਲਦੇ ਆ ਕੱਲ ਨੈਕਸਟ ਵੀਡੀਓ ਦੇ ਵਿੱਚ ਹੋਰ ਇੰਪੋਰਟੈਂਟ ਨਵੇਂ-ਨਵੇਂ ਕੁਐਸਚਨਸ ਲੈ ਕੇ